ਕਾਫੀ ਅਰਸਾ ਗੁਜ਼ਰਨ ਤੋਂ ਬਾਅਦ ਪਤਾ ਲੱਗਾ ਕਿ ਨਵਾਜ਼ ਸ਼ਰੀਫ ਇਸ ਬਾਈਕ ਤੇ ਚਰਸ ਵੇਚਦਾ। ਮੇਰੀ ਮੋਟਰਸਾਈਕਲ ਐਸੀ ਮੋਟਰਸਾਈਕਲ ਜਿਹਨੂੰ ਬੜੇ ਬੜੇ ਅਜ਼ੀਮ ਲੋਕਾਂ ਨੇ ਇਸਤੇਮਾਲ ਕੀਤਾ। ਅੱਛਾ, ਗੱਲ ਕਰਨ ਜਾ ਰਹੇ ਹਾਂ ਐਸੀ ਮੋਟਰਸਾਈਕਲ ਦੀ ਜਿਹੜੀ ਕਾਇਦੇ ਆਜ਼ਮ ਦੇ ਦੌਰ ਤੋਂ ਚੱਲਦੀ ਆਉਂਦੀ ਹੈ। ਕਾਇਦੇ ਆਜ਼ਮ ਨੇ ਆਪਣੀ ਪਹਿਲੀ ਤਨਖਾਹ ਜੋ ਲਈ ਸੀਗੀ ਜਦੋਂ ਵਕੀਲ ਲੱਗੇ ਸੀ। ਕਾਇਦੇ ਆਜ਼ਮ ਨੇ ਬੜੀ ਦੇਰ ਇਹ ਬਾਈਕ ਇਸਤੇਮਾਲ ਕੀਤੀ। ਉਹਨਾਂ ਦੇ ਇਸ ਦੁਨੀਆ ਤੋਂ ਗੁਜ਼ਰ ਜਾਣ ਤੋਂ ਬਾਅਦ ਅਲਾਮਾ ਇਕਬਾਲ ਨੇ ਕਾਇਦੇ ਆਜ਼ਮ ਦੀ ਅਮਾਨਤ ਸਮਝ ਕੇ ਇਹ ਬਾਈਕ ਦੀ ਹਿਫਾਜ਼ਤ ਕੀਤੀ ਆਪਣੇ ਬੇਟਿਆਂ ਤਰ੍ਹਾਂ। ਅਲਾਮਾ ਇਕਬਾਲ ਜ਼ਿਆਦਾ ਦੇਰ ਹਿਫਾਜ਼ਤ ਨਹੀਂ ਕਰ ਸਕੇ ਔਰ ਅੱਲਾਹ ਦੇ ਕੋਲ ਪਹੁੰਚ ਗਏ। ਉਹਨਾਂ ਦੇ ਅੱਲਾਹ ਦੇ ਕੋਲ ਪਹੁੰਚਣ ਤੋਂ ਬਾਅਦ ਇਸ ਬਾਈਕ ਦੀ ਕਿਸੇ ਨੇ ਅਹਿਮੀਅਤ ਨਹੀਂ ਕੀਤੀ ਔਰ ਇਹ ਬਾਈਕ ਚੋਰੀ ਹੋ ਗਈ। ਕਾਫੀ ਅਰਸਾ ਗੁਜ਼ਰਨ ਤੋਂ ਬਾਅਦ ਪਤਾ ਲੱਗਾ ਕਿ ਨਵਾਜ਼ ਸ਼ਰੀਫ ਇਸ ਬਾਈਕ 'ਤੇ ਚਰਸ ਵੇਚਦਾ। ਅਤੇ ਜਦੋਂ ਇਹ ਗੱਲ ਇਮਰਾਨ ਖਾਨ ਨੂੰ ਪਤਾ ਚੱਲੀ ਕਿ ਬਾਈਕ ਨਵਾਜ਼ ਸ਼ਰੀਫ ਨੇ ਚੋਰੀ ਕੀਤੀ ਸੀ, ਇਮਰਾਨ ਖਾਨ ਨੇ ਆਪਣੀ ਸਾਈਕਲ ਕੱਢੀ ਅਤੇ ਪਹੁੰਚ ਗਿਆ ਫੌਰਨ ਥਾਣੇ। ਥਾਣੇ ਜਾ ਕੇ ਅਤੇ ਉਹਨੇ ਨਵਾਜ਼ ਸ਼ਰੀਫ ਦੇ ਨਾਲ ਪਰਚਾ ਕਰਵਾ ਦਿੱਤਾ। ਕਾਫੀ ਦੇਰ ਦੋਨੋਂ ਪਾਰਟੀਆਂ ਬਹਿਸਦੀਆਂ ਰਹੀਆਂ, ਲੜਾਈਆਂ ਝਗੜੇ ਹੁੰਦੇ ਰਹੇ, ਵਕਤ ਗੁਜ਼ਰਦਾ ਗਿਆ। ਖੈਰ ਇੱਕ ਦਿਨ ਐਸਾ ਆਇਆ ਕਿ ਇਮਰਾਨ ਖਾਨ ਨੇ ਕੇਸ ਜਿੱਤ ਲਿਆ ਅਤੇ ਬਾਈਕ ਹੋ ਗਈ ਇਮਰਾਨ ਖਾਨ ਦੀ। ਉਹਨਾਂ ਦਿਨਾਂ ਦੇ ਵਿੱਚ ਹੀ ਇਮਰਾਨ ਖਾਨ ਨੂੰ ਹੋ ਗਿਆ ਪਿਆਰ, ਉਹਨੇ ਅਮੈਰੀਕਾ ਦੀ ਡੋਲੀ ਨਾਲ ਵਿਆਹ ਕਰਾ ਲਿਆ। ਵਿਆਹ ਕਰਵਾ ਕੇ ਅਤੇ ਬਾਈਕ ਜਿਹੜੀ ਸੀ ਨਾ ਬਾਈਕ ਇਹ ਦੇ ਦਿੱਤੀ ਉਹਨੂੰ ਗਿਫਟ ਆਪਣੀ ਬੁੱਢੀ ਨੂੰ। ਅਤੇ ਉਹਨਾਂ ਦਿਨਾਂ ਦੇ ਵਿੱਚ ਮੇਰੇ ਦਾਦਾ ਬਾਬੂ ਜੀ ਦਾ ਜਿਹੜਾ ਸਹੁਰਾ ਸੀ ਨਾ ਉਹ ਕਬਾੜ ਲੈਂਦਾ ਹੁੰਦਾ ਸੀ ਅਤੇ ਇਮਰਾਨ ਖਾਨ ਦੀ ਬੁੱਢੀ ਨੇ ਉਹ ਨਾ ਮੋਟਰਸਾਈਕਲ ਦੇ ਦਿੱਤੀ ਕਬਾੜ ਦੇ ਵਿੱਚ, ਅਤੇ ਜਿਹੜੀ ਨਾ ਮੇਰੇ ਦਾਦੇ ਦੇ ਸਹੁਰੇ ਨੇ ਖਰੀਦ ਲਈ। ਬਾਅਦ 'ਚ ਉਹਨਾਂ ਨੇ ਆਪਣੀ ਕੁੜੀ ਨੂੰ ਦਾਜ ਦੇ ਦਿੱਤੀ ਇਹ ਬਾਈਕ। ਅਤੇ ਇੱਦਾਂ ਇਹ ਬਾਈਕ ਲੱਤਾਂ ਠੁੱਡੇ ਕਸੂਨੇ ਖਾਂਦੀ ਖਾਂਦੀ ਆਣ ਪਹੁੰਚੀ ਸਾਡੇ ਖਾਨਦਾਨ ਤਾਈਂ। ਅਤੇ ਇੱਕ ਦਿਨ ਐਸਾ ਆਇਆ ਕਿ ਮੇਰੇ ਦਾਦਾ ਬਾਬੂ ਜੀ ਦੇ ਨਾ ਬਦਨ ਦੇ ਵਿੱਚੋਂ ਜਨਮ ਲਿਆ ਮੇਰੇ ਵਾਲਦ ਸਾਹਿਬ ਨੇ। ਤਾਂ ਗਾਂ ਮੇਰੇ ਵਾਲਦ ਸਾਹਿਬ ਦੇ ਵਿੱਚੋਂ ਜਨਮ ਲਿਆ ਇਸ ਅਜ਼ੀਮ ਬੰਦੇ ਨੇ ਅਤੇ ਮੇਰੇ ਵਾਲਦ ਸਾਹਿਬ ਨੇ ਇਹ ਬਾਈਕ ਦੇ ਦਿੱਤੀ ਮੈਨੂੰ। ਇੰਨੀ ਪੁਰਾਣੀ ਬਾਈਕ ਹੋਣ ਦੇ ਨਾਤੇ ਮੈਂ ਇਹਨੂੰ ਆਪਣੀ ਦਿਲ ਜਾਣ ਤੋਂ ਵੱਧ ਪਿਆਰ ਕਰਦਾ। ਚਲੋ ਤਰੀਫਾਂ ਦੇ ਵਿੱਚ ਤਾਂ ਤੁਹਾਨੂੰ ਬਾਈਕ ਬੜੀ ਸੋਹਣੀ ਦੱਸੀ ਆ, ਹੁਣ ਤੁਹਾਨੂੰ ਮੈਂ ਬਾਈਕ ਦੀ ਇਕੱਲੀ ਇਕੱਲੀ ਸ਼ੈਅ ਦਿਖਾਉਂਦਾ ਕਿ ਆਖਿਰ ਕਿਹੜੇ ਐਸੇ ਪੁਰਜ਼ੇ ਲੱਗੇ ਕਿ ਸਦੀਆਂ ਤੋਂ ਇਹ ਬਾਈਕ ਖਰਾਬ ਨਹੀਂ ਹੋਈ। ਸਭ ਤੋਂ ਪਹਿਲੇ ਤਾਂ ਦੋਸਤੋ ਆਪਾਂ ਗੱਲ ਕਰਦੇ ਹਾਂ ਇਹਦੇ ਰਿਮਾਂ ਦੀ। ਇਹਦੇ ਰਿਮ ਲੱਗੇ ਹੋਏ ਆ ਮੈਟਲ ਅਤੇ ਸੋਨਾ ਪਗਲਾ ਕੇ ਇਹਦੇ ਰਿਮ ਲੱਗੇ ਹੋਏ ਆ। ਰੰਗ ਇਸੇ ਤੋਂ ਮਾਰਿਆ ਕਿ ਨਾ ਕੋਈ ਮਤਲਬ ਚੋਰ ਚਕਾਰ ਦੀ ਨਜ਼ਰ ਵਗੈਰਾ ਨਾ ਪੈ ਜਾਵੇ ਅਤੇ ਮੇਰੀ ਮੋਟਰਸਾਈਕਲ ਦੇ ਰੇਮੀ ਨਾ ਚੋਰੀ ਹੋ ਜਾਣ। ਅਤੇ ਦੂਸਰੇ ਨੰਬਰ 'ਤੇ ਆਪਾਂ ਇਹਦੀ ਗੱਲ ਕਰਦੇ ਹਾਂ ਚੈਨ ਕਵਰ ਦੀ। ਖੂਨੀ ਚੈਨ ਕਵਰ ਆ ਪੂਰਾ, ਮਾੜੀ ਜਿਹੀ ਗੁਸਤਾਖੀ ਬਰਦਾਸ਼ਤ ਨਹੀਂ ਕਰਦਾ ਇਹਦੀ ਚੈਨ 'ਤੇ। ਮਾੜੀ ਜਿਹੀ ਕਿਸੇ ਦੀ ਸ਼ੈ, ਕੋਈ ਦੁਪੱਟਾ, ਕੋਈ ਬੁਰਕਾ ਲੱਗਾ ਨਹੀਂ ਅਤੇ ਇਹਨੇ ਪਿਛਲੀ ਬੀਬੀ ਨੂੰ ਘੁਮਾ ਕੇ ਪਰੇ ਮਾਰਨਾ। ਇਹ ਹੋਸ਼ ਦੇ ਵਿੱਚ ਤਕਰੀਬਨ ਇਸ ਚੈਨ ਕਵਰ ਨੇ ਨਾ 5 ਤੋਂ 10 ਬੀਬੀਆਂ ਤਾਂ ਜੰਨਤ ਦੇ ਵਿੱਚ ਪਹੁੰਚਾ ਦਿੱਤੀਆਂ। ਜੇ ਨੰਬਰ 'ਤੇ ਆਪਾਂ ਗੱਲ ਕਰਦੇ ਹਾਂ ਇਹਦੇ ਮੀਟਰ ਦੀ, ਇਹਦਾ ਮੀਟਰ ਆਟੋ ਮੀਟਰ ਆ, ਲਾ ਕੇ ਅਤੇ ਪਰੇ ਵੀ ਰੱਖ ਹੋ ਜਾਂਦਾ। ਬਾਕੀ ਇੱਥੇ ਆ ਪੇਂਟ ਸ਼ੇਂਟ ਕੀਤਾ ਹੋਇਆ ਵਾ, ਮਾਸ਼ਾਅੱਲਾ ਸੋਹਣਾ ਰੱਖ ਕੇ, ਬੜਾ ਮਹਿੰਗਾ ਪੇਂਟ ਆ। ਇਹਦੀ ਲਾਈਟ ਵੀ ਬੜੀ ਹੈਵੀ ਲਾਈਟ ਆ, ਰਾਤ ਨੂੰ ਬਾਲੀ ਹੋਵੇ ਤਾਂ ਨਜ਼ਰ ਕੁਛ ਨਹੀਂ ਆਉਂਦਾ ਅਗਲੇ ਬੰਦੇ ਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਇਹਦੇ ਮਾਡੀ ਗਾਰਡਾਂ ਦੀ, 15-15 ਰੁਪਈਆਂ ਦੇ ਲੈ ਕੇ ਲਾਏ ਸੀ। ਬੜਾ ਸਮਝਦਾਰ ਮੋਟਰਸਾਈਕਲ ਆ, ਇਹ ਕਹਿੰਦਾ ਕਿ ਜਦੋਂ ਮੈਨੂੰ ਖਿਲਾਰੋ ਫੌਰਨ ਪੈਟਰੋਲ ਬੰਦ ਕਰੋ ਅਤੇ ਚੌਕ ਤਾਂ ਚੱਕ ਦਿਓ। ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਸੀਟ ਦੇ ਬਾਰੇ। ਮਾਸ਼ਾਅੱਲਾ ਚੈੱਕ ਕਰੋ ਜੀ, ਇਹ ਆਪ ਇਸ ਤੋਂ ਰਖਾਈ ਹੋਈ ਹੈ। ਇਹਦੇ ਕੱਪੜੇ ਛੱਪੜੇ ਚੇਂਜ ਕਰ ਲਈਦੇ ਆ, ਸੀਟ ਉਹੀ ਰਹਿਣ ਦੀਦੀ ਆ, ਉੱਤੋਂ ਕੱਪੜੇ ਛੱਪੜੇ ਚੇਂਜ ਕਰ ਲਈਦੇ ਆ। ਅਤੇ ਉਸ ਤੋਂ ਬਾਅਦ ਆ ਸਪੈਸ਼ਲ ਇਹ ਜਗ੍ਹਾ 'ਤੇ ਨਾ ਸਟੈਂਡ ਬਣਵਾਇਆ ਹੋਇਆ ਵਾ ਇੱਥੇ। ਇੱਥੇ ਬੰਦੇ ਦਾ ਨਾ ਕੀ ਕਹਿ ਲਓ ਕਿ ਉਹ ਫਸ ਜਾਂਦੇ ਆ ਤਾਂ ਬੰਦਾ ਈਜ਼ੀ ਹੋ ਕੇ ਬਹਿ ਜਾਂਦਾ, ਹਿਲਦਾ ਹੀ ਨੀਗਾ। ਹੁਣ ਕਹਿੰਦੇ ਪਿਛਲੀ ਲਾਈਟ ਚੈੱਕ ਕਰ ਲਓ, ਸਰ ਸੈਯਦ ਅਹਿਮਦ ਖਾਨ ਨੇ ਲਵਾਈ ਸੀ ਇਹ ਲਾਈਟ। ਬਾਕੀ ਸਾਰਾ ਕੁਝ ਛੱਡੋ ਜੀ, ਇਹਦੇ ਮਾਸ਼ਾਅੱਲਾ ਟਾਪੇ ਚੈੱਕ ਕਰੋ, ਇਹ ਟਾਪੇ ਬੜੇ ਮਹਿੰਗੇ ਲਵਾਏ ਹੋਏ ਆ ਤਾਂ ਕਿ ਇੰਜਣ ਨੂੰ ਨਾ ਹਵਾ ਹਵੂ ਅੰਦਰੋਂ ਵੈਰੰਗ ਨੂੰ ਪੈਂਦੀ ਰਹੇ, ਵੈਰੰਗ ਸੜੇ ਨਾ, ਮੋਟਰਸਾਈਕਲ ਕੂਲ ਡਾਊਨ ਰਹੇ। ਅਤੇ ਇਸ ਕਰਕੇ ਆ ਨਾ ਟਾਪੇ ਜਿਹੜੇ ਆ ਨਾ ਇਹ ਮਿੰਨੀ ਟਾਪੇ ਲਵਾਏ ਹੋਏ। ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਜੀ ਆ ਪਾਏਦਾਨਾਂ 'ਤੇ, ਜਿਹੜਾ ਇੱਥੇ ਪੈਰ ਰੱਖਦਾ ਉਹ ਡਿੱਗਦਾ, ਜਿਹੜਾ ਨਹੀਂ ਰੱਖਦਾ ਉਹ ਬਚ ਜਾਂਦਾ। ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਹਾਂ ਇਹਦੇ ਦੰਦਾਂ ਦੀ। ਇਹਦੇ ਦੰਦਾਂ ਦੇ ਉੱਤੇ ਭਾਵਾਂ ਕੋਈ 4 ਮਣ ਵਜ਼ਨ ਵੀ ਟੰਗ ਦਿਓ ਨਾ ਅਤੇ ਸਾਡਾ ਮੋਟਰਸਾਈਕਲ ਦੰਦਾਂ ਦਾ ਹੀ ਖਿੱਚ ਲੈਂਦਾ। ਐਂਡ 'ਤੇ ਆਪਾਂ ਗੱਲ ਕਰਦੇ ਹਾਂ ਮੇਰੀ ਲਾਰੀ ਦੀਆਂ ਬ੍ਰੇਕਾਂ ਦੀ।
ਅਗਰ ਤੁਹਾਨੂੰ ਕਿਤੇ ਕਿਲੋਮੀਟਰ ਦੂਰ ਵੀ ਸ਼ੱਕ ਪੈ ਰਿਹਾ ਨਾ ਕਿ ਬੰਦਾ ਖਲੋਤਾ ਜਾਂ ਕੋਈ ਨਿਆਣਾ ਖਲੋਤਾ ਵਾ ਅਤੇ ਉਹ ਕੋ ਅੱਗੇ ਪਿੱਛੇ ਨਹੀਂ ਹੋ ਹੋਣਾ ਜਾਂ ਕੋਈ ਸ਼ੈ ਐਸੀ ਕਿ ਤੁਹਾਨੂੰ ਬ੍ਰੇਕ ਲਾਉਣੀ ਪੈਣੀ ਆ, ਤਾਂ ਤੁਸੀਂ ਕਿਤੋਂ ਕਿਲੋ ਡੇਢ ਕਿਲੋ ਦੀ ਮੀਟਰ ਦੇ ਫਾਸਲੇ ਤੋਂ ਬ੍ਰੇਕਾਂ ਲਾਉਣੀਆਂ ਸ਼ੁਰੂ ਕਰ ਦਿਉ। ਇਹਦਾ ਸਲੰਸਰ ਐਸਾ ਕਿ ਅਗਰ ਤੁਹਾਨੂੰ ਰਾਤ ਨੂੰ ਕਿਤੇ ਖਤਰਾ ਆਉਂਦਾ ਕਿ ਯਾਰ ਇੱਥੇ ਦਾ ਚੋਰ ਚਾਰ ਫਿਰਨ ਦੇ ਆ, ਉਹਦੇ ਵਾਸਤੇ ਲੋਕਾਂ ਨੂੰ ਜਮ੍ਹਾਂ ਕਰਨਾ, ਅਤੇ ਇਹਨੂੰ ਰਾਤ ਨੂੰ ਨਾ ਸਟਾਰਟ ਕਰਕੇ ਇਹਨੂੰ ਮਾੜੀ ਜਿਹੀ ਰੇਸ ਦਿਉ, ਤਾਂ ਮੈਂ ਕਹਿੰਦਾ ਬੰਦਾ ਹੀ ਬੰਦਾ ਇਕੱਠਾ ਹੋ ਜਾਏਗਾ। ਬਾਕੀ ਹੁਣ ਐਂਡ 'ਤੇ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਮੈਂ ਤੋਂ ਕੰਮ ਕੀ ਲੈਂਦਾ। ਸਭ ਤੋਂ ਪਹਿਲੇ ਤਾਂ ਮੈਂ ਢੋਨਾ ਇਹਦੇ ਉੱਤੇ ਪੱਠੇ, ਦੂਜੇ ਨੰਬਰ 'ਤੇ ਮੁਹੱਲੇ 'ਚ ਕਿਸੇ ਦੀ ਮਰ ਜਾਵੇ ਬੱਕਰੀ, ਕਿਸੇ ਦੀ ਗਾਈ ਮਰ ਜਾਵੇ, ਯਾਰਾਂ ਦੀ ਲਾਰੀ ਕੰਮ ਆਉਂਦੀ ਉੱਥੇ। ਪਰ ਤੁਹਾਨੂੰ ਬਾਈਕ ਮੈਂ ਸਾਰੀ ਦਿਖਾ ਤਾਂ ਦਿੱਤੀ ਆ, ਲੇਕਿਨ ਹੁਣ ਮੈਨੂੰ ਆਪਣੇ ਆਪ ਨੂੰ ਖਤਰਾ ਪੈ ਗਿਆ ਕਿ ਮੋਟਰਸਾਈਕਲ ਚੋਰੀ ਹੋ ਗਈ, ਮੈਂ ਤਾਂ ਲੁੱਟਿਆ ਜਾਣਾ। ਕੋਈ ਨਹੀਂ ਯਾਰ, ਮੈਂ ਅੱਜ ਤੋਂ ਆਪਣੀ ਸਿਕਿਉਰਿਟੀ ਦੇ ਵਿੱਚ ਇਜ਼ਾਫਾ ਕਰਵਾ ਲੂੰਗਾ। ਤੁਸੀਂ ਇੱਦਾਂ ਕਰੋ, ਕਹਿੰਦਾ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਮੈਂ ਹੁਣ ਕੋਈ ਨਾ ਨਵਾਂ ਸ਼ੋਸ਼ਾ ਲੈ ਕੇ ਹਾਜ਼ਰ ਹੋਊਂਗਾ। ਬਾਕੀ ਆਪਣਾ ਤਾਂ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।